की डोर बंदा डाग डोर से लियो मलाई सिंधु हतासन है पाप की गात मुहे माया कर लिहो बचाई जिसमें अमृत ज्ञान है माणक भगत बैराग गुरु ग्रंथ साहिब उदद बंदा कर अनुराग एकंकारा सतगुरु ते प्रसाद सच हुए वाहे गुरु जी की फतेह है विघ्न बनासन सोए वाहेगुरु जी का खालसा वाहेगुरु जी की फतेह। गुरु रूप गुरु खालसा साध सकत जी बार बैनर के मुताबिक तुसीं पहला कीर्तन समागम किया है। कीर्तन के की अर्थ ने, कीर्तन किदा किया जाए, इस पक्ष नूं मैं तुहाडे नाल साझा करना है। नाल ही प्रबंधक वीरां दे कहण मुताबक कलगीधर पातशाह महाराज का प्रकाश दिहाड़ा बनाया, उहदे संबंध में कुछ कहां। ट्रेंड के मुताबक, रूटीन के मुताबक हर बुलारा समाप्ति समय कहिंदा कि मैथों को वध कट किया गया तो गुरु की संगत मैनू माफ करे। ये एक ट्रेंड है, ये तरीका है। मैं पहला ही माफी मंगला, पूरे की गल अधूरिया तो कही नहीं जाती। गुरु पूरा है, आपां अधूरे हाँ, पर गुरु की वड्याई करके अपने जीवन को सफला करने का यतन करना है। पंछी आकाश में उड़ता है, आनंद लेंदा, पर आकाश नूं मिल नहीं सकता। मच्छी सागर में तरती है, आनंद लेंदी, पर समुद्र का अंत नहीं पा सकती। असी गुरु की बाणी च पढ़ते हैं, तू जोगी अंदर जोगिया, तू भोगी अंदर भोगिया, तेरा अंत ना पाया सुरगा मश प्याल जियो। तू जोगियां दे विच भी है, तू भोगियां दे विच भी है, ते दुनिया का कोई मनुख तेरा अंत नहीं पा सकया। असीं गुरु की बाणी च भी पढ़ते हैं, कीर्तन निर्मोल घीरा आनंद गुणी घीरा, ये प्रभु का किया हुआ कीर्तन, ये बराबर दुनिया के रतन नहीं। पर मैं अपनी आत मुताबक कहण तो गुरेज ना करा, आपां कीर्तन नूं कीर्तन करके नहीं जाणिया, असीं रोजी ते रोटी का साधन बना लिया। भाई साहब भाई मरदाने ने 52 साल कीर्तन किया, गुरदेव को पदार्थों की मंग नहीं की, गुरु को केवल ते केवल गुरु नूं मंगया, और उस कारण करके मरदाना नंबर एक हो गया। मेरे अंदर एक दिन फुरना आया कि पुत्र मैनू दो दस्तारा अकाल तख्त तो मिली ने, एक बाबा बुढ़ा साहब की, एक भाई गुरदास की, ये मेरी अपनी अड बीती है। तो मैं आख्या भी मेरे मरण तो बाद मेरी अजायब घर फोटो लवा दी, तो नाल ही मैं उन्होंने आख्या भी मित्रा मैं योग नहीं, क्यों भाई गुरदास ने भी निष्काम गुरु की वड्याई लिए कुछ किया,
ਭਾਈ ਮਰਦਾਨੇ ਨੇ ਵੀ ਗੁਰੂ ਦੀ ਵਡਿਆਈ ਲਈ ਕੀਤਾ ਸੀ, ਠੇਕਾ ਕਰਕੇ ਆਉਂਦੇ ਆ ਕੀਰਤਨ ਕੀਰਤਨ ਨਹੀਂ ਰਿਹਾ। ਤੁਸੀਂ ਸਾਨੂੰ ਪੁੱਛਦੇ ਵੀ ਕਿੰਨੇ ਲਓਗੇ, ਕਿੰਨੀ ਭੇਟਾ ਹੈ, ਜੇ ਤਾਂ ਸੈਟਿੰਗ ਬਹਿ ਗਈ ਤੇ ਆ ਜਾਂਗੇ, ਨਾ ਬੈਠੀ ਤੁਸੀਂ ਆਪਣੇ ਘਰ ਤੇ, ਅਸੀਂ ਆਪਣੇ ਘਰ, ਇਹ ਚੱਲਦਾ ਹੈ। ਕੀਰਤਨ ਕਰਤਾਰ ਦੀ ਵਡਿਆਈ ਲਈ ਕੀਤਾ ਜਾਏ, ਅਸੀਂ ਸੰਤੋਖੀ ਹੋਏ, ਤੁਸੀਂ ਸਖੀ ਹੋ, ਅਸੀਂ ਸੰਤੋਖੀ ਹੋਈਏ, ਤੁਸੀਂ ਸਖੀ ਹੋ। ਜਿਹੜਾ ਟੁੱਕ ਕੇ ਆਉਂਦਾ ਉਹ ਬਹੁਤ ਵਧੀਆ ਕੀਰਤਨਾਂ, ਤੇ ਜਿਹੜਾ ਕਹਿੰਦਾ ਵੀ ਜੋ ਦੇ ਦਿਓਗੇ ਠੀਕ, ਆਪਾਂ ਕਹਿੰਦੇ ਨੂੰ ਲੋੜ ਹੀ ਨਹੀਂ, ਇਹ ਗੁਰਮਤ ਦੇ ਨਿਯਮ ਨਹੀਂ। ਅਸੀਂ ਕਰਤੇ ਦੀ ਵਡਿਆਈ ਲਈ ਕੀਰਤਨ ਕਰੀਏ, ਤੇ ਕੀਰਤਨ ਕਿੰਨਾ ਕੀਮਤ ਆ, ਇਹ ਗੱਲ ਤੁਹਾਡੇ ਬਾਹਰ ਦੇ ਮੈਂ ਲੇਵਲ ਤੋਂ ਅੰਦਾਜ਼ਾ ਲਾਇਆ। ਨਕਲੀ ਤੇ ਅਸਲੀ ਕੀਰਤਨ ਦਾ ਫਰਕ ਇਹ ਹੈ, ਇਹ ਗੁਰੂ ਲਈ ਕੀਰਤਨ ਕਰਦੇ, ਇੱਕ ਪਦਾਰਥ ਵਾਲੀ ਕੀਰਤਨ ਕਰਦੇ ਨੇ। ਮੈਂ ਬੇਨਤੀ ਕੀਤੀ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ, ਭਿਆਗੜਾ ਰਾਗ ਪੜ੍ਹੋ, ਤੇ ਉੱਥੇ ਲਫ਼ਜ਼ ਆਉਂਦਾ ਮਰਦਾਨਾ ਪਹਿਲਾ। ਇਹਨੂੰ ਆਮ ਕਰਕੇ ਕਈ ਕਹਿੰਦੇ ਨੇ ਵੀ ਇਹ ਮਰਦਾਨੇ ਦਾ ਸ਼ਬਦ ਹੈ, ਪਰ ਲੇਕਿਨ ਜੇ ਮਰਦਾਨੇ ਦਾ ਸ਼ਬਦ ਹੁੰਦਾ ਥੱਲੇ ਨਾਨਕ ਪਦ ਨਹੀਂ ਸੀ ਆਉਣਾ। ਇਹਦਾ ਭਾਵ ਹੈ ਮਰਦਾਨਿਆਂ, ਤੂੰ ਤੇ ਮੈਂ ਇੱਕ ਹੋ ਚੁੱਕਾ, ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਮਰਦਾਨਾ ਪੂਜਣ ਦੇ ਯੋਗ ਹੋ ਗਿਆ। ਨਕਲੀ ਮਨੁੱਖ ਆਏ ਗੁਰੂ ਪੰਚਮ ਪਾਤਸ਼ਾਹ ਦੇ ਕੋਲ, ਮਹਾਰਾਜ ਅਸੀਂ ਅੱਗੇ ਵੀ ਜਾਣਾ, ਸਾਨੂੰ ਕੀਮਤ ਦਿਓ। ਮੇਰੇ ਗੁਰਦੇਵ ਨੇ 100 ਦਮੜਾ ਉਹਨਾਂ ਅੱਗੇ ਰੱਖਿਆ। ਕਹਿੰਦੇ ਜੀ ਬੇਨਤੀ ਹੋ ਵੀ ਸਾਨੂੰ ਮੁੱਲ ਚਾਹੀਦਾ। ਕਹਿੰਦੇ ਜੀ ਭੇਟਾ ਹੈ। ਪਾਤਸ਼ਾਹ ਨੇ 300 ਰੁਪਈਆ ਮੰਗਾ ਕੇ ਅੱਗੇ ਰੱਖਿਆ। ਕਹਿੰਦੇ ਰਾਗੀ ਜੀ ਇਹ ਵੀ ਭੇਟਾ ਹੈ। ਪਾਤਸ਼ਾਹ ਤੁਹਾਨੂੰ ਬੇਨਤੀ ਕਰੀਏ ਕਿ ਸਾਨੂੰ ਕਾਹਲੀ ਹੈ, ਸਾਨੂੰ ਮੁੱਲ ਚਾਹੀਦਾ। ਤੇ ਗੁਰੂ ਪੰਚਮ ਪਾਤਸ਼ਾਹ ਨੇ 500 ਰੁਪਈਆ ਮੰਗਾ ਕੇ ਤਲਵਾਰ ਲਈ ਤੇ ਕਹਿੰਦੇ ਰਾਗੀ ਜੀ ਮੇਰਾ ਸਿਰ ਵੀ ਲਾ ਲਓ, ਇਹ ਵੀ ਕੀਰਤਨ ਦੀ ਭੇਟਾ, ਕੀਰਤਨ ਦਾ ਮੁੱਲ ਕੋਈ ਨਹੀਂ। ਪਰ ਕੀਰਤਨ ਕਰਤਾਰ ਦਾ ਕੀਤਾ ਜਾਏ, ਕੀਰਤਨ ਕਰਤੇ ਦਾ ਕੀਤਾ ਜਾਏ, ਇੱਕ ਸਾਡੇ 'ਚ ਬਹੁਤ ਵੱਡਾ ਐਬ ਆ ਰਿਹਾ। ਸੰਭਲੀਏ ਆਪਣੇ ਆਪ ਨੂੰ। ਮੈਂ ਕਥਾ ਕਰਦਿਆਂ ਕਹਿਣਾ ਵੀ ਪ੍ਰਬੰਧਕ ਮਿਲੇ ਨੇ, ਪ੍ਰਧਾਨ ਸਾਹਿਬ ਮਿਲੇ, ਬੜਾ ਦਿਲ ਖੁਸ਼ ਹੋਇਆ। ਤੁਹਾਨੂੰ ਖੁਸ਼ ਕਰਨਾ ਵੀ ਲਿਫਾਫਾ ਮੋਟਾ ਆਏ, ਤੇ ਜੇ ਮੈਂ ਕੋਈ ਸ਼ਾਮਿਲ ਕੀਤੀ ਤੁਸੀਂ ਕਹਿਣਾ ਵਿਗਿਆਨੀ ਜੀ ਰਜੇਵਿਆਂ ਨੂੰ ਛੱਡ ਕੇ ਆਏ ਨੇ। ਦੱਸੋ ਇਹਦੇ ਤੋਂ ਵੱਡਾ ਰਜੇਵਾ ਹੈ ਵੀ ਕੀ? ਮੇਰੇ ਇਹ ਕਹਿਣ ਤੋਂ ਮੁਰਾਦ ਗੁਰੂ ਕੀ ਹਜ਼ੂਰੀ 'ਚ ਕੇਵਲ ਤੇ ਕੇਵਲ ਵਡਿਆਈ ਗੁਰੂ ਦੀ ਕੀਤੀ ਜਾਏ। ਮੁਰਖਾਂ ਦੀ ਵਡਿਆਈ ਕਰਕੇ ਆਪਣੀ ਜ਼ਿੰਦਗੀ ਦੇ ਕੀਮਤੀ ਪਲਾਂ ਨੂੰ ਬਰਬਾਦ ਨਾ ਕਰੀਏ। ਦੁਨੀਆ ਨਾ ਸਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਸੀ। ਵਾਓ ਮੇਰੇ ਸਾਹਿਬਾ ਵਾਓ, ਕੇਵਲ ਤੇ ਕੇਵਲ ਇੱਕ ਤੂੰ ਹੈ, ਜਿਹੜਾ ਸੀ, ਜਿਹੜਾ ਹੈ, ਤੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋਏਗਾ। ਤੋ ਗੁਰਮੁਖੋ, ਗੁਰਦੇਵ ਨੂੰ ਬੇਨਤੀ ਕੀਤੀ ਸਿੱਖਾਂ ਨੇ ਪਾਤਸ਼ਾਹ ਦਸਮ ਪਾਤਸ਼ਾਹ ਮਹਾਰਾਜ ਦੀ ਸੰਬੰਧ ਵਿੱਚ 100 ਸਾਖੀ 'ਚ ਲਿਖਤਾ, ਮਹਾਰਾਜ ਕੋਈ ਬੰਦਾ ਗੁਰਬਾਣੀ ਪੜ੍ਹਦਾ ਹੈ, ਕੋਈ ਕੀਰਤਨ ਸੁਣ ਕੇ ਆਪਣੇ ਮਨ ਨੂੰ ਟਿਕਾਉਂਦਾ ਹੈ, ਕਈ ਗੁਰੂ ਕੇ ਲਾਲ ਕਥਾ ਸੁਣਨ ਦੇ ਚਾਹਵਾਨ ਨੇ, ਆਪ ਕਿਰਪਾ ਕਰਕੇ ਦੱਸੋ ਵੀ ਇਹਨਾਂ ਤਿੰਨਾਂ 'ਚੋਂ ਮਾਨ ਕੀ ਹੈ। ਗੁਰਮੁਖੋ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪਾਵਨ ਬਾਣੀ 'ਚ ਇਹ ਵੀ ਪੜ੍ਹਦੇ, ਆਇਓ ਸੁਣ ਪੜ੍ਹਨ ਕੋ ਬਾਣੀ। ਅਸੀਂ ਇਹ ਵੀ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਪਰ ਨਾਲ ਇਹ ਕਿਹਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਿਛੂ ਨਾ ਜਾਣੀ, ਚਿਤ ਜਿਨਕਾ ਹਿਰ ਲਿਆ ਮਾਇਆ ਬੁੱਲ ਪਹਿਰਵਾਣੀ। ਹਿਰ ਲਿਆ ਤੋਂ ਭਾਵ ਟੂ ਸਨੈਚ, ਜਿਨ੍ਹਾਂ ਦਾ ਮਨ ਮਾਇਆ ਰੂਪੀ ਡੈਣ ਨੇ ਵੱਸ ਵਿੱਚ ਕਰ ਲਿਆ, ਉਹ ਗੁਰੂ ਕੀ ਬਾਣੀ ਨੂੰ ਛੱਡ ਕੇ ਹੋਰ ਪਾਸੇ ਪੈ ਜਾਏ।
ਗੁਰਮੁਖੋ ਅਸੀਂ ਕਿਤੇ ਪੜ੍ਹਦੇ ਹਾਂ ਸੁਣ ਹਰ ਕਥਾ ਉਤਾਰੀ ਮੈਲ ਮਾਂ ਪਨੀਤ ਭੈ ਸੁਖ ਸੈਲ। ਗੁਰਦੇਵ ਕਹਿੰਦੇ ਸਿੱਖੋ ਜਿਵੇਂ ਕਿਸੇ ਜ਼ਿਮੀਂਦਾਰ ਨੇ ਆਪਣੇ ਖੇਤਾਂ ਨੂੰ ਪਾਣੀ ਲਾਇਆ ਹੁੰਦਾ ਹੈ ਅਤੇ ਪਾਣੀ ਦੇ ਨਾਲ ਉਹ ਲਾਗੇ ਲਾਗੇ ਦੀ ਜ਼ਮੀਨ ਨੂੰ ਸਿੰਝ ਲੈਂਦਾ ਹੈ, ਪਰ ਖੂਹ ਦਾ ਪਾਣੀ ਸਾਰੇ ਪਿੰਡ ਤੱਕ ਪਹੁੰਚਦਾ ਨਹੀਂ। ਇਸੇ ਪ੍ਰਕਾਰ ਜਿਹੜਾ ਗੁਰੂ ਕਾ ਲਾਲ ਗੁਰੂ ਕੀ ਬਾਣੀ ਦਾ ਕੀਰਤਨ ਕਰਦਾ ਹੈ ਉਹਨੂੰ ਲਾਭ ਹੈ, ਲੇਕਿਨ ਸਾਰਿਆਂ ਨੂੰ ਸਮਝ ਨਹੀਂ ਪੈਂਦੀ। ਜਿਹੜਾ ਕੀਰਤਨ ਇਹੋ ਜਿਹੀ ਚੀਜ਼ ਹੈ ਕਿ ਜਿਵੇਂ ਜੋਗੀ ਸੱਪ ਬੀਨ ਵਜਾਉਂਦਾ, ਜੋਗੀ ਬੀਨ ਵਜਾਉਂਦਾ ਤੇ ਸੱਪ ਕੀਲਿਆ ਜਾਂਦਾ, ਇਸ ਪ੍ਰਕਾਰ ਮਨ ਉਖੜਿਆ ਹੋਵੇ ਤੇ ਜਦੋਂ ਕੁੱਟਕਾ ਕੇ ਕੀਰਤਨ ਕਰਦਾ ਤੇ ਮਨ ਟਿਕ ਜਾਂਦਾ, ਦੂਰ ਤੱਕ ਨਹੀਂ ਜਾਂਦਾ, ਮੀਂਹ ਪਿਆ। ਇਸੇ ਪ੍ਰਕਾਰ ਜਦੋਂ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਤੇ ਮਨ ਟਿਕਾ ਜਾਂਦਾ ਤੇ ਮੁੜ ਕੇ ਆਪਾਂ ਕਿਹਨੇ ਪੜ੍ਹਾ, ਉਹਨਾਂ ਦੂਜਾ ਸ਼ਬਦ ਪੜਿਆ ਸੀ ਸਮਝ ਨਹੀਂ ਲੱਗੀ, ਆਨੰਦ ਆਇਆ ਟਕਾ ਆਇਆ, ਲੇਕਿਨ ਕੀ ਕਿਹਾ ਗਿਆ ਇਹ ਆਪਾਂ ਸਾਰਿਆਂ ਨੂੰ ਪਤਾ ਨਹੀਂ ਚੱਲਦਾ। ਜਿਹੜੀ ਕਥਾ ਇਹ ਇਉਂ ਹੈ ਜਿਵੇਂ ਮਿੰਨਾ ਮਿੰਨਾ ਮੀਂਹ ਪੈਂਦਾ, ਕਣੀਆਂ ਭਾਵੇਂ ਛੋਟੀਆਂ ਪਰ ਪਾਣੀ ਦੀ ਸਲਾਬ ਦੂਰ ਤੱਕ ਜਾਂਦੀ ਹੈ। ਇਸ ਪ੍ਰਕਾਰ ਕਥਾ ਦੇ ਨਾਲ ਕਿੱਡਾ ਵੀ ਸਧਾਰਨ ਮਨੁੱਖ ਹੋਵੇ, ਕੋਈ ਨਾ ਕੋਈ ਗੱਲ ਦਿਮਾਗ ਵਿੱਚ ਬਹਿਗੀ ਤੇ ਬੰਦੇ ਦਾ ਜੀਵਨ ਬਦਲ ਜਾਏਗਾ। ਲੇਕਿਨ ਕਥਾ ਕੀਤੀ ਜਾਏ, ਕਰਤੇ ਦੀ ਕਥਾ, ਕਰਤਾਰ ਦੀ ਕਥਾ। ਉਹ ਕਰਤਾਰ ਸਰੂਪ ਕੌਣ ਨੇ? ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਰੇ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਦੇ ਬੋਲ ਪੜ੍ਹਦੇ ਹਾਂ, ਵਾ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਜਿਹੜਾ ਅਗੰਬੜਾ ਤੇ ਇਕੇਲਾ ਸ਼ਬਦ ਹੈ ਨਾ, ਇਹਨਾਂ ਦੇ ਬਾਰੇ ਜੇ ਆਪਾਂ ਵਿਚਾਰ ਕਰੀਏ ਤੇ ਕਈ ਘੰਟੇ ਲੱਗ ਜਾਣਗੇ। ਅਕੇਲਾ ਤੋਂ ਭਾਵ ਯੂਨੀਕ ਪਰਸਨ, ਲਸਾਨੀ, ਜਿਹਦੇ ਵਰਗਾ ਹੋਰ ਕੋਈ ਨਹੀਂ। ਅਸੀਂ ਗੁਰੂ ਕੀ ਬਾਣੀ ਚ ਲਫ਼ਜ਼ ਪੜ੍ਹਦੇ ਅਗਮ ਤੇ ਅਗੋਚਰ, ਆਮ ਆਉਂਦਾ। ਅਗੋਚਰ ਤੋਂ ਭਾਵ ਇੰਦਰੀਆਂ ਦੀ ਪਕੜ ਤੋਂ ਪਰਾਂ, ਜਿਹੜਾ ਹੱਥਾਂ ਨਾਲ ਪਕੜਿਆ ਨਾ ਜਾ ਸਕੇ, ਜਿੱਥੇ ਅਸੀਂ ਤੁਰ ਕੇ ਪਹੁੰਚ ਨਾ ਸਕੀਏ, ਜਿਹਨੂੰ ਇਹਨਾਂ ਅੱਖਰਾਂ ਨਾਲ ਵੇਖਿਆ ਅੱਖਾਂ ਨਾਲ ਵੇਖਿਆ ਨਾ ਜਾਏ। ਜਿਵੇਂ ਆਪਾਂ ਗੁਰੂ ਕੀ ਬਾਣੀ ਚ ਪੰਕਤੀਆਂ ਪੜ੍ਹਦੇ ਹਾਂ, ਨਾਨਕ ਸੇ ਅੱਖੜੀਆਂ ਬਿਆਨ ਜਿਹਨੀ ਦਸੰਦੋ ਮਾਂ ਪਰੀ, ਸਾਨੂੰ ਪੜ੍ਹਨ ਲੱਗਿਆ ਸੁਚੇਤ ਰਹਿਣਾ ਚਾਹੀਦਾ। ਅਗਰ ਬਿੰਦਾ ਲਾ ਕੇ ਮਾਂ ਪੜਾਂਗੇ ਤੇ ਬਣ ਜਾਏਗਾ ਮਦਰ, ਮਾਤਾ। ਇਹਦਾ ਉਚਾਰਨ ਕਰਨਾ ਮਾਂ ਪਰੀ, ਮਾਂ ਤੋਂ ਭਾਵ ਮੇਰਾ ਪਿਆਰਾ। ਉਹ ਅੱਖਾਂ ਹੋਰ ਨੇ ਜਿਨ੍ਹਾਂ ਅੱਖਾਂ ਦੇ ਨਾਲ ਉਸ ਪਿਆਰੇ ਨੂੰ ਵੇਖਿਆ ਜਾ ਸਕਦਾ, ਅਗੋਚਰ ਦੇ ਅਰਥ। ਤੇ ਅਗੰਬੜਾ ਦਾ ਭਾਵ ਹੈ ਮਨ ਦੀ ਪਹੁੰਚ ਤੋਂ ਪਰਾਂ, ਅਸੀਂ ਉਹ ਸੋਚ ਹੀ ਨਹੀਂ ਸਕਦੇ ਜੋ ਉਹਨਾਂ ਕੀਤਾ। ਗੁਰਮੁਖ ਮੈਂ ਸਾਇਅਤ ਦੀ ਬਕਾਇਦਾ ਡਿਗਰੀ ਲਈ ਹੈ, ਸਮੁੱਚਾ ਸਾਇਅਤ ਪੜ੍ਹਿਆ, ਮੈਂ ਇਸਲਾਮ ਦਾ ਮੁਤਾਲਿਆ ਕੀਤਾ, ਹਿੰਦੂ ਧਰਮਾਂ ਦੇ ਗ੍ਰੰਥਾਂ ਨੂੰ ਬਚਿਆ। ਸਾਡੇ ਹਿੰਦੁਸਤਾਨ ਦਾ ਇੱਕ ਵਿਦਵਾਨ ਜਿਹੜਾ ਆਰੀਆ ਸਮਾਜੀ ਹੈ, ਉਹਨੂੰ ਆਰੀਆ ਸਮਾਜ ਵਾਲੇ ਵੀਰਾਂ ਨੇ ਆਖਿਆ ਵੀ ਪੰਡਿਤ ਜੀ ਤੁਹਾਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ, ਤੁਸੀਂ ਨਿਰਪੱਖ ਹੋ ਕੇ ਕਿਸੇ ਮਹਾਂਪੁਰਖ ਦਾ ਜੀਵਨ ਲਿਖੋ, ਪੂਰਨ ਪੁਰਖ ਦਾ। ਇਹ ਤੁਹਾਨੂੰ ਖੁੱਲ੍ਹੀ ਛੁੱਟੀ ਹੈ ਕਿ ਤੁਸੀਂ ਆਪਣੀ ਆਤਮਾ ਦੇ ਮੁਤਾਬਕ, ਆਪਣੀ ਜ਼ਮੀਰ ਮੁਤਾਬਕ ਕਿਸੇ ਮਹਾਂਪੁਰਖ ਦਾ ਜੀਵਨ ਲਿਖੋ। ਅਤੇ ਸਦਕੇ ਜਾਵਾਂ ਉਸ ਵਿਦਵਾਨ ਦੇ, ਉਹਦਾ ਨਾਮ ਦੌਲਤ ਰਾਇਆ, ਉਹ
ਉਹ ਕਹਿੰਦਾ ਕਿ ਮੈਂ ਨਜ਼ਰ ਮਾਰ ਕੇ ਵੇਖੀ, ਜਿਹੜਾ ਮੈਂ ਬਹਾਦਰ ਵੇਖਿਆ ਉਹ ਵਿਦਵਾਨ ਨਹੀਂ, ਜਿਹੜਾ ਵਿਦਵਾਨ ਵੇਖਿਆ ਉਹ ਬਹਾਦਰ ਨਹੀਂ, ਤੇ ਜੇ ਬਹਾਦਰ ਵੇਖਿਆ ਤੇ ਦਾਨੀ ਨਹੀਂ, ਜੇ ਦਾਨੀ ਵੇਖਿਆ ਤੇ ਉਹ ਸੰਸਾਰ ਦੀ ਪਕੜ ਵਿੱਚ ਹੈ। ਮੈਨੂੰ ਬਹੁਤੇ ਫੇਲ ਪ੍ਰਤੀਤ ਹੋਏ। ਤੁਸੀਂ ਯਹੂਦੀ ਮਤ ਪੜ੍ਹੋ, ਤੁਸੀਂ ਇਸਲਾਮ ਪੜ੍ਹੋ, ਤੁਸੀਂ ਈਸਾਈਤ ਪੜ੍ਹੋ, ਈਸਾ ਮਸੀਹ ਤੋਂ 48 ਪੀੜ੍ਹੀਆਂ ਪਹਿਲਾਂ ਪੈਗੰਬਰ ਹੋਇਆ ਇਬਰਾਹਿਮ, ਜਿੱਥੋਂ ਅੱਗੇ ਇਹ ਤਿੰਨ ਵੱਖ ਵੱਖ ਮਤ ਇਰਮਨੀ ਮਤ ਪੈਦਾ ਹੋਏ, ਤੇ ਉਸ ਇਬਰਾਹਿਮ ਪੈਗੰਬਰ ਨੂੰ ਖੁਦਾ ਵੱਲੋਂ ਇਲਹਾਮ ਹੋਇਆ ਕਿ ਤੂੰ ਆਪਣੀ ਕਿਸੇ ਪਿਆਰੀ ਤੀਕ ਦੀ ਕੁਰਬਾਨੀ ਕਰ, ਤੇ ਜਦੋਂ ਉਹ ਆਪਣੇ ਪੁੱਤਰ ਦੀ ਕੁਰਬਾਨੀ ਕਰਨ ਲੱਗਾ ਉਹਨੇ ਆਪਣੀ ਅੱਖਾਂ ਤੇ ਪੱਟੀ ਬੰਨ੍ਹੀ। ਅਸੀਂ ਮੈਂ ਇਹ ਸਾਰਾ ਐਨਾਲਿਸਿਸ ਨਹੀਂ ਕਰਨਾ, ਟੂਕ ਮਾਤਰ ਵਿਦਵਾਨਾਂ ਦੇ ਬੋਲ ਨੇ ਦਸਤ ਡਿੱਗ ਮਹਲਾਂ ਤੋਂ ਕੂਚ ਕੀਤਾ, ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ, ਮੋਰ ਧੁਜਦੇ ਅਥਰੂ ਅੰਤ ਕਿਰ ਗਏ, ਰੋਟੀ ਬੋਟੀ ਜਿਗੜ ਦੀ ਜਦੋਂ ਬਰਾਨ ਹੋ ਗਈ, ਮ੍ਰਿਤੂ ਜਦੋਂ ਅਭਿਮਨੂ ਦੀ ਸੁਣੀ ਅਰਜਨ, ਢਿੱਲੀ ਹੱਥਾਂ ਚੋਂ ਤੀਰ ਕਮਾਨ ਹੋ ਗਈ। ਪਰ ਧੰਨ ਗੁਰੂ ਕਲਗੀਆਂ ਵਾਲਿਆ ਜੀ, ਤੁਸਾਂ ਸਾਰਾ ਸਰਬੰਸ ਲਟਾ ਦਿੱਤਾ, ਮਾਂ ਕਿਸੇ ਪਾਸੇ, ਬਾਪੂ ਕਿਸੇ ਪਾਸੇ, ਛੋਟੇ ਲਾਲਾਂ ਨੂੰ ਨੀਂਹ ਚਲਾ ਦਿੱਤਾ, ਤੇ ਇੰਨਾ ਕੁਝ ਕਰਨ ਦੇ ਬਾਅਦ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਖਿਆਲ ਪਾਤਸ਼ਾਹੀ ਦਸਵੀਂ। ਅਸੀਂ ਨਿਤਨੇਮ ਦੇ ਗੁੜਕਿਆਂ ਵਿੱਚ ਦੋ ਸ਼ਬਦ ਹਜ਼ਾਰੇ ਪੜ੍ਹਦੇ ਹਾਂ, ਇੱਕ ਵਿੱਚ ਪਹਿਲੇ ਪਾਤਸ਼ਾਹ ਦੀ ਬਾਣੀ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ ਜਿਵੇਂ ਪੜ੍ਹਦੇ ਹਾਂ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਦੂਸਰੀ ਬਾਣੀ 'ਚ ਲਿਖਦੇ ਹਾਂ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ, ਉਹਨਾਂ ਸ਼ਬਦਾਂ ਦੀ 10 ਗਿਣਤੀ ਹੈ, ਤੇ ਛੇਵਾਂ ਸ਼ਬਦ ਹੈ ਖਿਆਲ ਪਾਤਸ਼ਾਹੀ ਦਸਵੀਂ, ਤੇ ਉਹਦੇ ਬੋਲ ਤੁਹਾਨੂੰ ਸਾਰਿਆਂ ਨੂੰ ਕੰਠ ਨੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਦਮਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਰ ਸਰਾਹੀ ਖੰਜਰ ਪਿਆਲਾ ਬਿੰਕ ਸਾਈਆਂ ਦਾ ਸਹਿਣਾ, ਯਾਰਡੇ ਦਾ ਸਾਨੂੰ ਸੱਥਰ ਚੰਗਾ, ਪਟਕੇਣਿਆਂ ਦਾ ਰਹਿਣਾ, ਪੁੱਤਰਾਂ ਦੇ ਲੋਥਾਂ ਦੇ ਕੋਲ ਦੀ ਲੰਘ ਕੇ ਆਇਆ ਚਮਕੌਰ ਦੀ ਗੜੀ ਚੋਂ, ਲੇਕਿਨ ਗਿਲਾ ਨਹੀਂ ਕੀਤਾ, ਸ਼ਿਕਵਾ ਨਹੀਂ ਕੀਤਾ, ਆਖਿਆ ਵਾਹਿਗੁਰੂ ਤੇਰਾ ਸੱਥਰ ਵੀ ਚੰਗਾ ਹੈ। ਗੁਰਮੁਖੋ, ਸਤਿਕਾਰਯੋਗ ਨੇ ਰਾਮ ਜੀ, ਸਤਿਕਾਰਯੋਗ ਨੇ ਮੁਹੰਮਦ ਸਾਹਿਬ, ਸਤਿਕਾਰਯੋਗ ਨੇ ਈਸਾ ਜੀ। ਮੈਂ ਖੁਦ ਆਪ ਪੜ੍ਹਿਆ ਅੰਜੀਲਾਂ ਵਿੱਚ, ਅੰਜੀਲ ਵਿੱਚ ਇੱਕ ਸਾਖੀ ਹੈ, ਆਪਾਂ ਲਫ਼ਜ਼ ਸੁਣਦੇ ਈਸਾ ਮਸੀਹ, ਇਹ ਗੁਰਮੁਖੋ ਨਾਂ ਨਹੀਂ, ਇਹ ਵਿਸ਼ੇਸ਼ਣ ਹਨ। ਜਿਵੇਂ ਆਪਾਂ ਕਹਿੰਦੇ ਨਾ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ, ਇਸੇ ਤਰ੍ਹਾਂ ਈਸਾ ਮਸੀਹ ਨਾਂ ਨਹੀਂ, ਨਾਂ ਹੈ ਜੀਸਸ, ਜਿਹਨੂੰ ਪੰਜਾਬੀ 'ਚ ਕਹਿੰਦੇ ਯੀਸੂ। ਈਸਾ ਵੀ ਵਿਸ਼ੇਸ਼ਣ ਹੈ ਤੇ ਮਸੀਹ ਵੀ ਵਿਸ਼ੇਸ਼ਣ ਹੈ। ਈਸਾ ਦਾ ਭਾਵ ਰੱਖਿਆ ਕਰਨ ਵਾਲਾ, ਤੇ ਮਸੀਹ ਦਾ ਅਰਥ ਹੈ ਜਿਹਦੇ ਪੱਲੇ ਦੇ ਛੋਹਣ ਨਾਲ ਬੰਦੇ ਦੇ ਦੁੱਖ ਧੋਤੇ ਜਾਣ। ਈਸਾ ਦਾ ਭਾਵ ਰੱਖਕ, ਜਿਵੇਂ ਆਪਾਂ ਪੜ੍ਹਦੇ ਸ੍ਰੀ ਅਸਕੇਤ ਜਗਤ ਕੇ ਈਸਾ, ਭਾਵ ਸੰਸਾਰ ਦੀ ਰੱਖਿਆ ਕਰਨ ਵਾਲੇ। ਮਸੀਹ ਦਾ ਭਾਵ ਹੈ ਜਿਹਦੇ ਪੱਲੇ ਦੇ ਛੋਹਣ ਨਾਲ ਬੰਦੇ ਦੇ ਦੁੱਖ ਦੂਰ ਹੋ ਜਾਣ। ਲੋਕਾਂ 'ਚ ਚਰਚਾ ਚੱਲੀ, ਇੱਕ ਬੀਬੀ ਦੀ ਧੀ ਬਿਮਾਰ ਹੈ ਤੇ ਉਹਨੂੰ ਪਤਾ ਚੱਲਿਆ ਵੀ ਜਿਹੜਾ ਵੀ ਮਨੁੱਖ ਈਸਾ ਦੇ ਪੱਲੇ ਨੂੰ ਛੋਹ ਲੈ ਉਹ ਤੰਦਰੁਸਤ ਹੋ ਜਾਂਦਾ ਹੈ। ਮਨੁੱਖਾਂ ਦਾ ਕੱਟ ਸੀ, ਉਹ ਦੁਖੀ ਮਾਂ ਆਪਣੀ ਬਿਮਾਰ ਧੀ ਨੂੰ ਲੈ ਕੇ ਗਈ, ਜਦੋਂ ਉਹ ਪੱਲਾ ਛੋਹ ਕੇ ਤੇ ਆਪਣੀ ਧੀ ਨੂੰ ਲਾਉਣ ਲੱਗੀ ਤੇ ਉਹਨੇ ਆਖਿਆ ਮੈਂ ਆਪਣੇ ਪੁੱਤਰਾਂ ਦੀ ਰੋਟੀ ਕੁੱਤਿਆਂ ਤੇ ਬਿੱਲਿਆਂ ਨੂੰ ਨਹੀਂ ਪਾਉਣਾ ਚਾਹੁੰਦਾ, ਮੈਂ ਆਪਣੀ ਕੌਮ ਵਾਸਤੇ ਹਾਂ,
ਆਪਾਂ ਭਾਵੇਂ ਸਾਰੇ ਸਿੱਖ ਬੈਠੇ ਹਾਂ ਪਰ ਸਭ ਤੋਂ ਪਹਿਲਾਂ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪੀਰ ਮੰਨਿਆ ਤੇ ਮੁਸਲਮਾਨਾਂ ਨੇ ਮੰਨਿਆ, ਪਾਤਸ਼ਾਹ ਦਾ ਅਵਤਾਰ ਹੋਇਆ ਪੰਜਾਬ ਦੀ ਧਰਤੀ ਵਿੱਚ ਇੱਕ ਪੀਰ ਜਿਹਦਾ ਨਾਮ ਕਈ ਥਾਵਾਂ ਤੇ ਭੀਖਾ ਕਰਕੇ ਲਿਖਿਆ ਤੇ ਕਈ ਥਾਵਾਂ ਤੇ ਭੀਖਣ ਸ਼ਾਹ ਕਰਕੇ ਲਿਖਿਆ। ਰਾਤ ਦਾ ਟਾਈਮ ਅੱਧੀ ਲੰਘੀ, ਉਹ ਸਮੇਂ ਦੀ ਘੜੀਆਂ ਨੂੰ ਅੱਜ ਦੀ ਘੜੀਆਂ ਨਾਲ ਟੈਲੀ ਕਰੀਏ ਤੇ 1:20 ਬਣਦੇ ਨੇ, ਉਦੋਂ ਘੜੀਆਂ ਤੇ ਪਹਿਰ ਹੁੰਦੇ ਸਨ। ਇਹ ਅੰਗਰੇਜ਼ਾਂ ਦੇ ਆਉਣ ਕਰਕੇ ਹੁਣ ਮਿੰਟ ਤੇ ਸੈਕਿੰਡ ਵਗੈਰਾ ਬਣ ਗਏ। ਪੀਰ ਉੱਠਿਆ, ਆਪਣੇ ਚੇਲਿਆਂ ਨੂੰ ਕਹਿਣ ਲੱਗਾ ਪੁੱਤਰ ਨਮਾਜ਼ ਪੜ੍ਹੀਏ, ਜਿਵੇਂ ਸਾਡੇ 'ਚ ਗੁਰੂ ਕੇ ਲਾਲ ਪੰਜ ਬਾਣੀਆਂ ਤੋਂ ਬਿਨਾਂ ਹੋਰ ਗੁਰਬਾਣੀ ਪੜ੍ਹਦੇ ਨੇ। ਗੁਰੂ ਬਾਬਾ ਕਿਰਪਾ ਕਰੇ ਸਾਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਮਨ ਜੁੜੇ, ਕਿਉਂ ਗੁਰੂ ਕੀ ਬਾਣੀ ਬਾਰੇ ਪੰਕਤੀਆਂ ਆਉਂਦੀਆਂ ਨੇ, ਗੁਰਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤੇ ਸਮੋਹ ਪਵਾਰ। ਇਹ ਗੁਰਬਾਣੀ ਅੰਮ੍ਰਿਤ ਦੀ ਧਾਰਾ ਹੈ ਤੇ ਜਿਨ੍ਹਾਂ ਵੀ ਗੁਰੂ ਕੇ ਹੀਰਿਆਂ ਨੇ ਪੀਤੀ ਉਹ ਮੁਕਤੀ ਦੇ ਦਰ ਤੱਕ ਪਹੁੰਚ ਗਏ। ਇਸੇ ਤਰ੍ਹਾਂ ਮੁਸਲਮਾਨ ਭਰਾ ਜਿੱਥੇ 5 ਨਮਾਜ਼ਾਂ ਪੜ੍ਹਦੇ ਨੇ, ਜਿਹੜੀ ਵੱਧ ਨਮਾਜ਼ ਨੂੰ ਕਹਿੰਦੇ ਨਫਲ ਦੀ ਨਮਾਜ਼, ਜਿਹੜੀ ਅੰਮ੍ਰਿਤ ਵੇਲੇ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਫਜਰ ਦੀ ਨਮਾਜ਼। ਤੇ ਸਾਨੂੰ ਹਦਾਇਤ ਹੈ ਸਿੱਖਾ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਪਰ ਅੰਮ੍ਰਿਤ ਵੇਲਾ ਅੱਜ ਕਾਗਜ਼ਾਂ 'ਚ ਰਹਿ ਗਿਆ। ਜਿਨ ਰਾਤ ਨੂੰ 1:30 ਭੰਗੜੇ ਪਾ ਕੇ ਸੁੱਤਾ ਉਹ ਅੰਮ੍ਰਿਤ ਵੇਲੇ ਨਹੀਂ ਜੀ ਉੱਠਿਆ ਜਾਣਾ, ਤੇ ਜਿਹਨੇ ਵਾਰ ਵਾਰ ਸੀਰੀਅਲ ਵੇਖੇ ਨੇ ਉਹਦੇ ਤੋਂ ਅੰਮ੍ਰਿਤ ਵੇਲੇ ਨਹੀਂ ਜੀ ਉੱਠਿਆ ਜਾਣਾ। ਸਾਨੂੰ ਗੁਰਦੇਵ ਦੀ ਹਦਾਇਤ ਹੈ ਝਲਾਂਗੇ ਉਠ ਨਾਮ ਜਪ ਨਿਸ ਬਾਸਰ ਅਰਾਧ ਕਾਰਾ ਤੁਝ ਨਾ ਵਿਆਪਈ ਨਾਨਕ ਮਿਟੇ ਉਪਾਧ। ਝਲਾਂਗੇ ਦਾ ਭਾਵ ਹੁੰਦਾ ਕਰੈਡਲ, ਜਿਹਨੂੰ ਭੰਗੂੜਾ ਕਹਿੰਦੇ ਆ, ਝਲਾਂਗਾ ਨਾਮ ਹੈ ਭੰਗੂੜੇ ਦਾ। ਜਿਵੇਂ ਭੰਗੂੜੇ ਵਿੱਚ ਬੱਚਾ ਪੈਂਦਾ ਤੇ ਉਹਨੂੰ ਨੀਂਦ ਆ ਜਾਂਦੀ ਹੈ ਨਾ, ਇਸੇ ਤਰ੍ਹਾਂ ਗੁਰਮੁਖ ਪਿਆਰੋ ਅੰਮ੍ਰਿਤ ਵੇਲੇ ਮਨੁੱਖ ਨੂੰ ਨੀਂਦ ਜ਼ੋਰ ਪਾ ਕੇ ਦਬਾ ਲੈਂਦੀ ਹੈ। ਤੇ ਮੇਰਾ ਗੁਰਦੇਵ ਕਹਿੰਦਾ ਗੁਰੂ ਕੇ ਸਿੱਖਾ ਇਹ ਸੌਣ ਦਾ ਸਮਾਂ ਨਹੀਂ, ਗੁਰ ਸਤਿਗੁਰ ਕਾਜ ਸਿੱਖ ਖਾਏ ਸੋ ਭੜਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭੜਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਪੀਰ ਨੇ ਚੇਲਿਆਂ ਨੂੰ ਉਠਾਇਆ, ਨਮਾਜ਼ ਆਰੰਭ ਹੋਈ। ਨਮਾਜ਼ ਸੰਪੂਰਨ ਹੋਣ ਤੋਂ ਬਾਅਦ ਚੇਲਿਆਂ ਨੇ ਸ਼ੰਕਾ ਕੀਤਾ, ਪੀਰ ਜੀ ਨਮਾਜ਼ ਗਲਤ ਪਾਸੇ ਪੜੀ ਗਈ, ਕਿਉਂ ਆਪਾਂ ਲਹਿੰਦੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦੇ ਹਾਂ ਪਰ ਅੱਜ ਚੜ੍ਹਦੇ ਨੂੰ ਮੂੰਹ ਕਰਕੇ ਕੀਤੀ। ਤੇ ਪੀਰ ਕਹਿਣ ਲੱਗਾ ਪੁੱਤਰੋ ਨਾ ਮੈਂ ਚੜ੍ਹਦੇ ਨੂੰ ਮੰਨਾ ਨਾ ਮੈਂ ਲਹਿੰਦੇ ਨੂੰ ਮੰਨਾ, ਮੈਂ ਤਾਂ ਅੱਲਾ ਦੇ ਨੂਰ ਨੂੰ ਪੜਨੇ ਦੀ ਧਰਤੀ 'ਚ ਵੇਖਿਆ, ਮੈਂ ਨੂਰ ਨੂੰ ਮੱਥਾ ਟੇਕਿਆ। ਗੁਰੂ ਕੇ ਸਿੱਖੋ ਇੱਕ ਪੰਜਾਬੀ ਦੀ ਕਹਾਵਤ ਹੈ 100 ਸਿਆਣੇ ਇੱਕੋ ਮੱਤ ਮੂਰਖ ਆਪੂ ਆਪਣੀ। ਤੁਸੀਂ ਸਾਰੇ ਧਰਮਾਂ ਨੂੰ ਬਰੀਕੀ ਨਾਲ ਪੜ੍ਹੋ ਤੇ ਗੱਲ ਲੜਦੀ ਜਾਪਦੀ ਹੈ। ਮੈਂ 2 ਵਾਰਾਂ ਕੁਰਾਨ ਦਾ ਮੁਤਾਲਿਆ ਕੀਤਾ ਪੜ੍ਹਿਆ ਹੈ, ਕੁਰਾਨ ਵਿੱਚ ਪਰਮਾਤਮਾ ਨੂੰ ਨੂਰ ਕਰਕੇ ਬਿਆਨ ਕੀਤਾ ਹੈ। ਜਿਵੇਂ ਗੁਰਬਾਣੀ 'ਚ ਆਪਾਂ ਇਸ਼ਾਰਾ ਪੜ੍ਹਦੇ ਹਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਕਿਸਾ ਬੰਦੇ, ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ ਗੁਰਬਾਣੀ ਇਸ ਜਗ ਮੈਂ ਚਾਨਣ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਪਰ ਮੈਂ ਕਹਿਣ ਤੋਂ ਗੁਰੇਜਨਾ ਕਰਾਂ ਸਾਡਾ ਗੁਰੂ ਤੇ ਵਿਸ਼ਵਾਸ ਜ਼ਿਆਦਾ ਤੇ ਦੀਵੇ ਤੇ ਵੱਧ। ਅਖੰਡ ਪਾਠ ਹੁੰਦਾ ਨਾ ਤੇ ਇੱਕ ਪਾਸੇ ਗਲਾਸ ਵਿੱਚ ਪਾ ਲੈਣਗੇ ਖੰਡ, ਵਿੱਚ ਟੰਗ ਦੇਣਗੇ ਬੱਤੀ ਤੇ ਦੇਸੀ ਘਿਓ ਪਾ ਕੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਉਹ ਦੀਵੇ ਵਾਲੇ ਪਾਸੇ ਵੇਂਦੇ ਵੀ ਖੰਡ ਜੋ ਜਗ ਰਹੀ ਹੈ ਤੇ ਰੱਬ ਨਾ ਕਰੇ ਕਿਤੇ ਉਹ ਦੀਵਾ ਜਗ ਬੁੱਝ ਜਾਏ ਨਾ
ਤੇ ਇਉਂ ਜਪਦਾ ਵੀ ਜਿਵੇਂ ਹੀਰਾ ਸ਼ਾਮੇ ਜਾਪਾਨ ਵਿੱਚ ਬੰਬ ਡਿੱਗਾ ਸੀ ਨਾ ਹਾਈਡਰੋਜਨ, ਜਿਵੇਂ ਘਰ ਤੇ ਬੰਬ ਡਿੱਗ ਪਿਆ ਆਖਿਰ ਜੋਤ ਬੁੱਝ ਗਈ ਹੈ। ਤੇ ਗੁਰਮੁਖੋ ਜੇ ਜੋਤ ਇੰਨੀ ਇੰਪੋਰਟੈਂਟ ਹੈ ਤੇ ਆਪਾਂ ਜੋਤ ਜਗਾ ਕੇ ਜੋਤ ਨੂੰ ਮੱਥਾ ਟੇਕੀਏ, ਫਿਰ ਪੰਜ ਪਾਠੀ ਕਾਹਨੂੰ ਬੁਲਾਏ ਨੇ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਦਾ ਕੀ ਮਤਲਬ ਹੈ? ਗੁਰੂ ਕੇ ਸਿੱਖਾ, ਤੂੰ ਗਲਾਸ ਵਾਲੇ ਦੀਵੇ ਦਾ ਸਿੱਖ ਨਹੀਂ। ਅੱਜ ਗੁਰਦੁਆਰੇ ਵਿੱਚ ਅਸੀਂ ਜੋਤਾਂ ਜਗਾਈਆਂ ਨੇ, ਮਹਾਰਾਜ ਨੂੰ ਮੱਥਾ ਟੇਕਣ ਵਾਲੇ ਘੱਟ ਤੇ ਜੋਤ ਨੂੰ ਜ਼ਿਆਦਾ, ਕਿਉਂ? ਕੰਮ ਸੌਖਾ ਹੈ ਨਾ ਵੀ ਮਹਾਰਾਜ ਤਾਂ ਕਹਿੰਦਾ ਬਾਣੀ ਪੜ ਅੰਮ੍ਰਿਤ ਛਕ, ਉੱਥੇ ਨਾ ਕੁਝ ਕਵੇ ਤਾਂ ਨਾ ਕਹਾਵੇ, ਜਿਵੇਂ ਕਬਰਾਂ 'ਤੇ ਰੌਣਕ ਮੇਲਾ ਲੱਗਦਾ ਨਾ। ਇਹ ਕਿਉਂ ਲੱਗਦਾ ਹੈ ਵੀ ਜੇ ਗੁਰਦੁਆਰੇ ਜਾਵਾਂਗੇ ਤੇ ਭਾਈ ਸਾਹਿਬ ਨੇ ਕਹਿਣਾ ਕੀਰਤਨ ਦਾ ਸਿਰ ਢੱਕ ਲਓ, ਜੇ ਮੰਦਿਰ ਵਿੱਚ ਜਾਵਾਂਗੇ ਤੇ ਉਹਨਾਂ ਕਹਿਣਾ ਆਰਤੀ ਹੁੰਦੀ ਭਾਈ ਸਾਵਧਾਨ ਹੋ ਜਾਓ, ਜੇ ਮਸੀਤ ਵਿੱਚ ਜਾਵਾਂਗੇ ਤੇ ਉਹਨੇ ਕਹਿਣਾ ਮੀਆਂ ਨਮਾਜ਼ ਦਾ ਟਾਈਮ ਹੈ ਭਾਈ ਬੈਠ ਜਾਗ, ਤੇ ਕਬਰ ਤੇ ਜਾਵਾਂਗੇ ਤੇ ਤਿੰਨ ਬੀੜੀਆਂ ਤੇ ਨਾਲੇ ਮਿੱਠੇ ਚਾਹ, ਕਿੰਨਾ ਵਧੀਆ ਸੌਦਾ ਹੈ, ਤਾਂ ਰੌਣਕਾਂ ਲੱਗਦੀਆਂ ਜੀ ਕਬਰਾਂ ਉੱਪਰ। ਗੁਰੂ ਕੇ ਸਿੱਖੋ, ਸ਼ਬਦ ਨਾਲ ਜੁੜੋ, ਬਾਣੀ ਨਾਲ ਜੁੜੋ। ਮੈਂ ਬੇਨਤੀ ਕਰ ਰਿਹਾ ਸਾਂ, ਹਿੰਦੂ ਧਰਮ 'ਚ ਉਹਨੂੰ ਜੋਤ ਕਿਹਾ ਹੈ, ਅਰਬੀ 'ਚ ਉਹਨੂੰ ਨੂਰ ਕਿਹਾ ਹੈ, ਤੇ ਗੁਰੂ ਕੀ ਬਾਣੀ 'ਚ ਉਹਨੂੰ ਚਾਨਣ ਕਿਹਾ ਹੈ। ਪੀਰ ਨੇ ਆਖਿਆ ਪੁੱਤਰੋ ਅੱਜ ਮੈਨੂੰ ਉਹ ਨੂਰ ਪਟਨੇ ਦੀ ਧਰਤੀ ਵੀ ਦੱਸਿਆ, ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਅਸੀਂ ਲਿਖਤ ਪੜ੍ਹਦੇ ਹਾਂ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਤਾ ਗੱਲ ਵੱਕੜੀ ਪਾਈ, ਨਿਰੇ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਨੂਰ ਤਾਂ ਕਿਹਾ, ਨੂਰ ਪਕੜਿਆ ਨਹੀਂ ਜਾਂਦਾ, ਨੂਰ ਕਾਬੂ ਨਹੀਂ ਆਉਂਦਾ। ਪੀਰ ਨੇ ਆਖਿਆ ਉਹ ਨੂਰ ਮੈਨੂੰ ਪਟਨੇ ਵਾਲੇ ਪਾਸੇ ਵੱਲ ਦੱਸਿਆ। ਦੋ ਚੇਲਿਆਂ ਨੂੰ ਨਾਲ ਲਿਆ, ਪੰਜਾਬ ਤੋਂ ਚੱਲਿਆ ਤੇ ਭਾਣਾ ਰੱਬ ਦਾ ਇੱਕ ਚੇਲਾ ਰਸਤੇ ਵਿੱਚ ਖਤਮ ਹੋ ਗਿਆ, ਪੂਰਾ ਹੋ ਗਿਆ। ਹੁਣ ਪੂਰੇ ਤੋਂ ਗੱਲ ਚੇਤੇ ਆਈ ਕਿ ਇਹ ਬਾਪੂ ਨੂੰ ਵੱਡਾ ਕਰਨਾ ਤੇ ਉਹਦੀ ਅਰਥੀ ਨਾਲ ਗਵਾਰੇ ਬੰਨਣਗੇ, ਕਿਤੇ ਇਸ਼ਵਾਰੇ ਸੁੱਟਣਗੇ, ਕਿਤੇ ਮਖਾਣੇ ਸੁੱਟਣਗੇ ਕਿ ਬਾਪੂ ਨੂੰ ਵੱਡਾ ਕੀਤਾ। ਤੇ ਗੁਰੂ ਪਿਆਰਿਓ, ਜੇ ਮਖਾਣੇ ਨਾਲ ਵੱਡਾ ਹੁੰਦਾ ਹੈ ਜਿਹੜਾ ਬਾਣੀਆਂ, ਤਾਂ ਫਿਰ ਪੱਕਾ ਹੀ ਵੱਡਾ ਹੋ ਗਿਆ ਨਾ। ਪਹਿਲਾਂ ਪਾਣੀ ਨਹੀਂ ਪੁੱਛਿਆ ਤੇ ਬਾਪੂ ਮਰ ਗਿਆ, ਤੇ ਕਹਿੰਦੇ ਵੇਰਕਾ ਘਿਓ ਦੀ ਲਿਆ ਕੇ ਪੀਪੀ ਤੇ ਬਾਪੂ ਦੇ ਮੂੰਹ 'ਚ ਪਾਓ। ਜਦੋਂ ਬੁੱਢਾ ਮਰਦਾ ਨਾ, ਉਦੋਂ 2 ਕਿਲੋ ਦੀ ਪੀਪੀ ਵੇਰਕੇ ਘਿਓ ਦੀ ਮੂੰਹ 'ਚ ਪਾਉਂਦੇ ਨੇ, ਮੂੰਹ 'ਚ। ਤੇ ਮੈਨੂੰ ਕਹਿੰਦੇ ਵਿਗਿਆਨੀ ਜਿਹੜਾ ਮਤਲਬ, ਮੈਂ ਕਿਹਾ ਮਤਲਬ ਇਹ ਹੈ ਵੀ ਅਗਲਾ ਕਹਿੰਦਾ ਬਾਪੂ ਦੇ ਪਾਓ ਘਿਓ 2 ਕਿਲੋ, ਛੇਤੀ ਅੱਗ ਲੱਗੇ ਸਿਆਪਾ ਮੁੱਕੇ ਤੇ ਘਰ ਨੂੰ ਜਾਈਏ। ਗੁਰੂ ਕੇ ਸਿੱਖੋ, ਅਸੀਂ ਸਿੱਖ ਹਾਂ, ਅਸੀਂ ਕਰਮ ਕਾਂਡਾਂ ਤੋਂ ਉੱਪਰ ਉੱਠਣਾ। ਚੇਲਾ ਚੜ੍ਹਾਈ ਕਰ ਗਿਆ ਤੇ ਉਹ ਪੀਰ ਪਟਨਾ ਸਾਹਿਬ ਪਹੁੰਚਿਆ। ਆਪਾਂ ਤਾਂ ਦੀਵਾਨ ਵਿੱਚ ਆਉਣ ਤੋਂ ਪਹਿਲਾਂ ਸੱਜੇ ਖੱਬੇ ਨਿਗਾਹ ਮਾਰਦੇ ਵੀ ਲੰਗਰ ਪ੍ਰਸ਼ਾਦਾ ਹੈ, ਤੇ ਜੇ ਤਾਂ ਚੰਗਾ ਚੋਪੜਾ ਤੇ ਕਹਿੰਦੇ ਵੀ ਐਤਕੀ ਤਾਂ ਸਮਾਗਮ ਆ ਗਿਆ, ਭਾਵੇਂ ਪਹਿਲਾਂ ਕੀਰਤਨ ਦਰਬਾਰ ਸੀ ਪਰ ਪ੍ਰਬੰਧਕ ਚੰਗੇ ਨੇ, ਤੇ ਜੇ ਮਿਲੇ ਗੁਰਮੁਖੋ ਸ਼ਲਗਮ ਤੇ ਨਾ ਹੋਰ ਕੋਈ ਪਨੀਰ ਮਿਲਿਆ ਤੇ ਕਹਿਣਾ ਵੜ ਵੜ ਖਾ ਕੇ ਸਾਰੇ ਲੁੱਟ ਕੇ ਲੈ ਗਏ ਕੀਰਤਨ ਸਭਾ ਵਾਲੇ। ਪਹਿਲਾਂ ਪੇਟ ਪੂਜਾ ਤੇ ਬਾਕੀ ਗੱਲਾਂ ਬਾਅਦ ਵਿੱਚ। ਉਹ ਇਹੋ ਜਿਹਾ ਬੰਦਾ ਨਹੀਂ ਸੀ, ਉਹ ਕਹਿਣ ਲੱਗਾ ਪਹਿਲਾਂ ਗੁਰੂ ਕੇ ਦਰਸ਼ਨ, ਪ੍ਰਸ਼ਾਦਾ ਬਾਅਦ ਵਿੱਚ। ਜਿੰਨਾ ਚਿਰ ਮੈਂ ਗੋਬਿੰਦ ਰਾਏ ਦੇ ਚਰਨਾਂ ਚੁੰਮਲਾਂ, ਉਹਨਾਂ ਚਿਰ ਮੈਨੂੰ ਠੰਡ ਨਹੀਂ ਪੈਣੀ। ਮਾਮਾ ਕਿਰਪਾਲ ਚੰਦ ਕਲਗੀਧਰ ਪਾਤਸ਼ਾਹ ਨੂੰ ਗੋਦੀ 'ਚ ਲੈ ਕੇ ਆਏ, ਆਪਣੇ ਚੇਲੇ ਨੂੰ ਕਹਿਣ ਲੱਗਾ ਪੁੱਤਰ ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜੇ, ਤੂੰ 2 ਕੁੱਜੀਆਂ ਲਿਆ ਤੇ ਇੱਕ 'ਚ ਪਾਣੀ ਪਾ ਲਈ, ਇੱਕ ਵਿੱਚ ਦੁੱਧ ਹੋਵੇ। ਜੇ ਤਾਂ ਪਾਣੀ ਤੇ ਹੱਥ ਰੱਖਣ ਤੇ ਹਿੰਦੂਆਂ ਦੇ ਹੋਣਗੇ, ਜੇ ਇਹ ਦੁੱਧ ਵਾਲੀ ਕੁੱਜੀ ਤੇ ਹੱਥ ਰੱਖਣ ਤੇ ਮੁਸਲਮਾਨਾਂ ਦੇ ਹੋਣਗੇ, ਨਿਰਣਾ ਹੋ ਜਾਏਗਾ। ਜਦੋਂ ਚੇਲੇ ਨੇ 2 ਕੁੱਜੀਆਂ ਲਿਆਂਦੀਆਂ, ਮੇਰੇ ਬਾਲਾ ਪ੍ਰੀਤਮ ਨੇ ਦੋਹ ਤੇ ਹੱਥ ਰੱਖਿਆ ਤੇ ਇੰਨਾ ਦਬਾਅ ਪਾਇਆ ਵੀ ਪੀੜ ਦੇ ਹੱਥ ਕੰਬ ਗਏ, ਦੁੱਧ ਤੇ ਪਾਣੀ ਇਕੱਠਾ ਹੋ ਗਿਆ। ਚੇਲਾ ਵਿਚਾਰਾਂ ਵਿੱਚ ਪੈ ਕੇ ਕਹਿਣ ਲੱਗਾ ਵੀ ਇਹ ਤਾਂ ਦੋਹ ਨੂੰ ਸਾਂਝੇ ਨਹੀਂ, ਇਹਨਾਂ ਤਾਂ ਦੋਹ ਨੂੰ ਥੱਲੇ ਰੋੜ ਦਿੱਤਾ। ਪੀਰ ਕਹਿਣ ਲੱਗਾ ਪੁੱਤਰ
ਦੋਂ ਤੇ ਹੱਥ ਰੱਖ ਕੇ ਆਖਿਆ ਮੈਂ ਦੋਂ ਦਾ ਸਾਂਝਾ ਹਾਂ। ਤੇ ਜਿਵੇਂ ਦੁੱਧ ਤੇ ਪਾਣੀ ਇਕੱਠਿਆਂ ਹੋ ਕਰਕੇ ਠੰਡ ਵਰਤਾਉਂਦੇ ਨੇ, ਮੈਂ ਠੰਡ ਵਰਤਾਉਣ ਲਈ ਆਇਆ, ਮੈਂ ਅੱਗ ਲਾਉਣ ਲਈ ਨਹੀਂ ਆਇਆ। ਉਸ ਬਾਪੂ ਦੇ ਬੋਲ ਨੇ ਦਿਓਰਾ ਮਸੀਤ ਸੋਈ, ਪੂਜਾ ਔਰ ਨਮਾਜ਼ ਹੋਈ, ਮਾਨ ਸਭੇ ਏਕ ਕੇ ਅਨੇਕ ਉਪੋ ਪ੍ਰਭਾਵ ਹੈ, ਏਕ ਨੈਣ ਏਕ ਕਾਨ ਏਕ ਦੇਹ ਏਕ ਮਾਨ, ਖਾਕ ਬਾਦ ਆਦਸ਼ਾਹ ਉਹ ਆਪ ਕੁਰ ਲਾਓ ਹੈ। ਇਹ ਕਿਉਂ ਕਿਹਾ? ਜਿਹਨੂੰ ਆਪਾਂ ਕਹਿੰਦੇ ਹਾਂ ਖਾਨਦਾਨ ਦਾ ਪ੍ਰਭਾਵ, ਦੀਨ ਦੁਨੀਆਂ ਦੇ ਮਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੈਂ, ਮੈਨੂੰ ਇੱਕ ਮੌਕਾ ਮਿਲਿਆ, ਸ਼੍ਰੋਮਣੀ ਕਮੇਟੀ ਨੇ ਮੈਨੂੰ ਸਰਬ ਧਰਮ ਸੰਮੇਲਨ ਵਿੱਚ ਭੇਜਿਆ। ਉੱਥੇ ਵੱਖ ਵੱਖ ਮਤਾਂ ਦੇ ਵਿਦਵਾਨ ਬੋਲੇ ਅਤੇ ਮੇਰੀ ਸਭ ਤੋਂ ਵਾਰੀ ਬਾਅਦ ਵਿੱਚ ਆਈ। ਮੈਂ ਕਿਹਾ ਵੀ ਗੁਰਮੁਖੋ, ਨਾ ਤਾਂ ਮੈਂ ਪ੍ਰੋਫੈਸਰ ਹਾਂ ਅਤੇ ਨਾ ਮੈਂ ਪ੍ਰਿੰਸੀਪਲ ਹਾਂ, ਮੈਂ ਤਾਂ ਗ੍ਰੰਥੀ ਹਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸੇਵਾਦਾਰ। ਪਰ ਮੈਂ ਇੱਕ ਬੇਨਤੀ ਕਰਾਂ, ਕਿਸੇ ਨੇ ਆਪਣਾ ਮੰਦਿਰ ਬਣਾਉਣ ਵਾਸਤੇ ਕਿਸੇ ਦੀ ਮਸੀਤ ਢਾਈ, ਇਹ ਭਾਈ ਗੁਰਦਾਸ ਦੇ ਬੋਲੇ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਨੇ ਖੰਡਿਓ ਤਿੱਖੀ ਹੈ, ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਉਹਨੇ ਨਾ ਪੰਜ ਰੱਖੇ ਨਾ ਪੰਜਾਹ ਰੱਖੇ, ਅਰਦਾਸ ਕੀਤੀ ਮੇਰੇ ਮਾਲਕਾ ਮੈਨੂੰ ਰਾਮ ਰੂਪ ਹੋ ਕੇ ਦਰਸ਼ਨ ਦੇ। ਪਰ ਰਾਮ ਕਿਹੜਾ? ਜਲ ਥਲ ਵਹੀਜਲ ਪੂਰਿਆ, ਸਵਾਮੀ ਸਿੱਧਨਹਾਰ। ਰਾਮ ਨਰਥ ਦਾ ਰਮਿਆ ਹੋਇਆ, ਜਿਹਨੂੰ ਕਹਿੰਦੇ ਓਮਨੀ ਪ੍ਰੈਜੈਂਟ ਓਮਨੀ ਪੋਟੈਂਟ, ਹਰ ਥਾਂ ਤੇ ਹਾਜ਼ਰ ਨਾਜ਼ਰ ਤੇ ਸਾਰੀਆਂ ਸ਼ਕਤੀਆਂ ਦਾ ਮਾਲਕ। ਦੀਨ ਦੁਨੀਆਂ ਦੇ ਮਾਲਕ ਮੇਰੇ ਗੁਰਦੇਵ ਉੱਥੇ ਪਹੁੰਚੇ, ਸ਼ਿਵਦੱਤ ਪੰਡਿਤ ਦੀਆਂ ਅੱਖਾਂ ਤੇ ਹੱਥ ਰੱਖਿਆ ਤੇ ਕਹਿਣ ਲੱਗੇ, ਪੰਡਿਤ ਜੀ ਨਾਲੇ ਕਹਿੰਦੇ ਰਾਮ ਵੇਖਣਾ ਤੇ ਨਾਲੇ ਅੱਖਾਂ ਬੰਦ ਕੀਤੀਆਂ ਨੇ, ਇਹ ਗੱਲ ਨਹੀਂ ਜੇ ਬਣਨੀ। ਮੇਰੇ ਪਾਤਸ਼ਾਹ ਦਾ ਸੋਈਆ ਪਰਜਾਨਾ ਪੜ੍ਹਦੇ ਹਾਂ, ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੇ ਬੈਠ ਰਹੇ ਹੋ ਭਗਤ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋ ਗਇਓ ਪਰ ਲੋ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਜ ਕਹੋ ਸੁਣ ਲਿਓ ਸਭ। ਇਹ ਨਹੀਂ ਵੀ ਸਿੱਖਾਂ ਨੂੰ ਕਿਹਾ ਜਾਂ ਹਿੰਦੂਆਂ ਨੂੰ ਕਿਹਾ ਜਾਂ ਮੁਸਲਮਾਨਾਂ ਨੂੰ ਕਿਹਾ ਜਾਂ ਬਜ਼ੁਰਗਾਂ ਨੂੰ ਕਿਹਾ ਜਾਂ ਬੱਚਿਆਂ ਨੂੰ ਕਿਹਾ, ਮੇਰੇ ਹਜ਼ੂਰ ਕਹਿੰਦੇ ਮੈਂ ਸਾਰਿਆਂ ਨੂੰ ਕਿਹਾ, ਸਾਜ ਕਹੋ ਸੁਣ ਲਿਓ ਸਭ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਮੈਂ ਇਹ ਪ੍ਰੇਮ ਦੇ ਅਰਥ ਆਪਣੇ ਚਾਚਾ ਸੰਤ ਕਰਤਾਰ ਸਿੰਘ ਖਾਲਸਾ ਕੋਲੋਂ ਪੜ੍ਹੇ ਨੇ, ਮੈਂ ਤੋਂ ਪਰਾਂ ਆਉਣਾ, ਜਿੰਨਾ ਚਿਰ ਮੈਂ ਤੋਂ ਪਰਾਂ ਨਹੀਂ ਹੁੰਦਾ ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਨਹੀਂ। ਕਿਉਂ? ਗੁਰੂ ਕੀ ਬਾਣੀ ਕਹਿੰਦੀ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਾਪ ਤਾਂ ਪ੍ਰਭ ਕਾਜ ਸਵਾਰੇ ਆਏ, ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਯਾਦ ਰੱਖਣਾ ਮੈਂ ਤੇ ਤੂੰ ਇਕੱਠੇ ਨਹੀਂ ਹੋ ਸਕਦੇ, ਸਾਡੇ 'ਚ ਮੈਂ ਹਾਂ ਮੈਂ। ਮੈਨੂੰ ਇੱਕ ਬੜਾ ਪਿਆਰਾ ਦ੍ਰਿਸ਼ਟਾਂਤ ਲੱਗਾ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ। ਗੁਰੂ ਕੇ ਰਾਗੀ ਸੇ ਕੀਰਤਨ ਕਰ ਰਹੇ ਨੇ ਤੇ ਭਾਈ ਗੁਰਦਾਸ ਕੀਰਤਨ ਸੁਣਦਿਆਂ ਸੁਣਦਿਆਂ ਹੱਸ ਪਏ। ਪ੍ਰੇਮੀਆਂ ਨੇ ਬੇਨਤੀ ਕੀਤੀ, ਭਾਈ ਸਾਹਿਬ ਤੁਸੀਂ ਗੁਰਮਤਿ ਦੇ ਸੋਝੀਵਾਨ, ਦੂਜਿਆਂ ਨੂੰ ਸਿੱਖਿਆ ਦੇਣ ਵਾਲੇ ਤੇ ਰਾਗੀ ਸੇ ਕੀਰਤਨ ਕਰਦੇ ਤੁਸੀਂ ਹੱਸ ਪਏ ਹੋ। ਕਹਿਣ ਲੱਗੇ ਤੁਹਾਡੇ ਬਚਨਾਂ ਦੇ ਮੁਤਾਬਕ ਤੁਸੀਂ ਕਿਹਾ ਨਾ ਸੋਝੀਵਾਨ, ਤੇ ਸੋਝੀ ਕਰਕੇ ਮੈਂ ਹੱਸਿਆ। ਕਹਿੰਦੇ ਜੀ ਕਿਉਂ? ਭਾਈ ਗੁਰਦਾਸ ਕਹਿੰਦੇ ਵੀ ਜਿਹੜੀ ਜੋੜੀ ਇਹ ਬੱਕਰੇ ਜਾਂ ਬੱਕਰੀ ਦੀ ਖਲ ਦੀ ਬਣੀ ਹੈ, ਬੱਕਰੇ ਜਾਂ ਬੱਕਰੀ ਨੇ ਮੈਂ ਕੀਤਾ, ਕਸਾਈ ਨੇ ਕੋਹ ਕਰਕੇ ਦੀ ਖਲ ਲਾਈ। ਹੁਣੇ ਹੀ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਕੇ ਗਏ ਨੇ। ਆਪਾਂ ਕਿਸੇ ਨੇ ਇਤਰਾਜ਼ ਕੀਤਾ ਵੀ ਤੁਹਾਡੀ ਜੋੜੀ ਚਮੜੇ ਦੀ ਹੈ, ਕਿਸੇ ਨੇ ਨਹੀਂ ਇਤਰਾਜ਼ ਕੀਤਾ।
कीर्तन करके गुरु का लाल कोई प्रसाद वरताउन लग पाया तो कदे अतराज नहीं किया, है तो चमड़े की ना पर सुची है। किवें सुची होई? मैं करदा सी बकरा या बकरी खल लखी ते जदों जोड़ी तैयार होई गुरु की झूरी विच कीर्तन होण लगा इहदे चों तू तू दी आवाज आई ते सुची हो गई। आपां सारे चमड़े दियां जुत्तियां ला के आए ना कि चमड़े दियां ने, लेकिन ये जोड़ी सुची क्यों? इहदे विच मैं नहीं हुण तू आ गई है, तू तू करता तू हुआ, मुझ में राह ना हूं। जब आपा परका मिट गया जा देखा ता तू, मैनू तू ते मैं तो एक पॉइंट चेते आया। मैं वेदांत शास्त्र पढ़िया है, चार वेदां दे चार महावाक ने आयं आत्म ब्रह्म तत्मुसी प्रज्ञानमानंद अंग ब्रह्म अस्मी, ये चार वेदां दे चार महावाक ने। इन्हां चौंह अर्थ है मैं ही रब हाँ, क्योंकि मैनू 30 साल हो गए ने कथा का, 2 फरवरी मैं 30 साल लगना, 29 साल हो गए ने मंजी साहब कथा करदिया नू, 100 ने सवाल आ गए ने। वह कहिंदे ज्ञानी जी गुरु की बाणी च वेदां दे नालों की वाधा है? मैं क्या वेद भी महान ने पर तुहाडा सवाल टेढ़ा है। वेदां दे शलोकां च है मैं ही रब हाँ, गुरु की बाणी कहती है तू वारिया ना जावा एक बार, तू सदा सलामत निरंकार। गुरु की बाणी ने मैनू कंडेम किया है, गुरु की बाणी ने तू ना जोड़िया सानू। आप अरदास करदे तू ठाकर तुम पै अरदास, और ये ध्यान रख्या करो, ये बड़ा सिख फलसफा है। कोई भी वीर मिले असी कहने तुसी कदों आए हो, तुहाडा की हाल है, लेकिन जे को तू कहिंदा ते असी कहने कि इहनू मैनर नहीं आउंदे, ये पढ़िया नहीं, ये सबक नहीं, ये तू तू करके बोलदा है। लेकिन जदों असी गुरु ते परमेश्वर नू संबोधन करदे सी तू कहने क्यों कहने? जिथों मैं आरंभ किया सी ना, तुसी दा पाप बहुत है, तू दा पाप यूनीक एक, मैं केवल ते केवल एक तेनू मनदा, तेरे तो बिना किसी होर नू नहीं। उत्थे फिर आवां, पंत शिवदत्त ने बेनती की गोबिंद राय जे तू राम रूप है दर्शन दे। मेरे बाला प्रीतम पहुंचे, शिवदा दी अखां ते हाथ रखे ते कहन लगे पंडित जी जे राम नू वेखना ते अखां खुलणियां पैणगियां। गुरु के सिखो अज आपां अखां मीट लियां, बंदियां दे गोडियां च कुछ लभना चाहुंदे आ, बंदियां दे गोडियां चो। जिदन मेरी मंजी साहब आ रही सी मैं जिक्र कीता सी, उहदे तों एक दिन पहलां दी गल है, 3 ते 4 नू शायद मेरी ड्यूटी सी, ते 3 तरीक नूं मैं गुरामदास ते मत्था टेकण गया ते 50 साल दा बंदा मेरे गोडियां नूं चंबड़ गया। मैं कहा कोई शर्म नूं हाथ मार, तू भी मंगता ते मैं भी मंगता, दाते नूं छड़ के मंगते ते गोडियां चों की कढेगा? ते जे तू गोडियां चों तू लभ सकदा ते इउं कर भी मेरे गोडे ला के लै जा ते मैं नवें लवा लांगा, नाले मेरे नवें उड़नगे। गुरु के सिखो केवल ते केवल एक दे होके रहो, एक बिन दूसर सो ना चनार, बिन करतार ना किरत मानो। मेरे कलगी तर पातशाह कहन लगे पंडित जी राम नू वेखना ते अखां खुलणियां पैणगियां, मेरे गुरदेव ने राम रूप होके उन्हूं दर्शन दिते। राम रूप हो गए, पंडित कृतार्थ हो गया। मैं बेनती करा वक् वक् पक्षां दा थोड़ा जा पक्ष, जिन्हां च रागी सिंह नहीं आउंदे। बहादुर शाह ने गुरदेव नूं हीरा भेट कीता, ध्यान दिया जे हिंदुस्तान दा बादशाह है। गुरदेव ने हीरा वगाह करके गोदावरी में सुटिया ते बहादुर शाह दे अंदर फुरना आया,
ਗੁਰੂ ਗੋਬਿੰਦ ਸਿੰਘ ਫਕੀਰ ਹੈ ਨਾ, ਫਕੀਰ ਦਾ ਪੁੱਤਰ ਹੈ, ਫਕੀਰ ਦਾ ਪੋਤਰਾ ਹੈ, ਫਕੀਰਾਂ ਦੇ ਖਾਨਦਾਨ ਨਾਲ ਸੰਬੰਧਤ ਹੈ। ਇਹਨੂੰ ਹੀਰਿਆਂ ਦਾ ਕੀ ਪਤਾ। ਇਹ ਬਹਾਦਰ ਸ਼ਾਹ ਨੇ ਤਰਕ ਕੀਤੀ ਮਨ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਪਰ, ਤੇ ਕਿਹੜੀ ਗੱਲੋਂ ਗੁਰਦੇਵ ਨੇ ਉਹ ਪੱਥਰ ਦਾ ਹੀਰਾ ਦਰਿਆ ਵਿੱਚ ਸੁੱਟ ਦਿੱਤਾ ਜਿੱਥੇ ਹੀਰਾਗੜ ਗੁਰਦੁਆਰਾ ਬਣਿਆ। ਮੇਰੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਬਹਾਦਰ ਸ਼ਾਹ ਜਿਹੜੀ ਤੂੰ ਗੱਲ ਕਹੀ ਹੈ ਨਾ ਫਕੀਰਾਂ ਦਾ ਖਾਨਦਾਨ, ਇਹ ਤਾਂ ਦਰੁਸਤ ਹੈ, ਪਰ ਜਿਹੜਾ ਤੂੰ ਕਹਿੰਦਾ ਕਦਰ ਨਹੀਂ ਪਰਖਣੀ, ਇਹ ਤੈਨੂੰ ਭੁਲੇਖਾ ਹੈ। ਫਕੀਰ ਦੇ ਤਿੰਨ ਅੱਖਰ ਨੇ ਤੇ ਇਹਨਾਂ ਤਿੰਨਾਂ ਦੀ ਇੱਕ ਫਲਸਫਾ ਹੈ, ਫੇ ਫਨਾ ਜਾਨਣਾ ਸੰਸਾਰ ਨੂੰ, ਕਾਫ ਕੁਫਰ ਨੂੰ ਤਿਆਗਣਾ, ਰੇ ਰੀਮ ਨੂੰ ਤੱਕਣਾ। ਜਿਹਦੇ ਅੰਦਰ ਇਹ ਤਿੰਨ ਗੁਣ ਨੇ ਉਹਨੂੰ ਕਹਿੰਦੇ ਨੇ ਫਕੀਰ। ਤੇ ਜਿਹੜੇ ਅੱਜ ਕੱਲ੍ਹ ਦੇ ਮਾਡਰਨ ਫਕੀਰ ਨੇ, ਜਿਵੇਂ ਅੱਜ ਕੱਲ੍ਹ ਦੇ ਮਾਡਰਨ ਫਕੀਰ, ਉਹਨਾਂ ਦੀ ਵਿਆਖਿਆ ਫੇ ਫੁਲਕਾ, ਕਾਫ ਕੁਲਚਾ ਤੇ ਰੇ ਰਮਣੀ। ਅਜਿਵੇਂ ਕਈ ਬੀਬੀਆਂ ਭੈਣਾਂ ਕਹਿਣਗੀਆਂ ਸਾਡੇ ਬਾਬਾ ਜੀ ਨੇ, ਅਖੇ ਬਾਬਾ ਗਿਆਨੀ ਜੀ ਪ੍ਰਸ਼ਾਦਾ ਨਹੀਂ ਛਕਦੇ। ਮੈਂ ਕਿਹਾ ਬਾਬੇ ਨੇ ਪਾਨੂੰ ਪ੍ਰਸ਼ਾਦਾ ਛਕਣਾ, ਪ੍ਰਸ਼ਾਦੇ ਛਕਾਂਗੇ ਅਸੀਂ, ਤੁਹਾਡੇ ਬਾਬੇ ਤਾਂ ਤਿੰਨ ਤਿੰਨ ਜੂਸ ਦੀਆਂ ਬੋਤਲਾਂ ਚਾੜੀਆਂ ਨੇ, ਉਹਨੂੰ ਰੋਟੀ ਲੰਘਦੀ ਹੈ। ਗੁਰੂ ਕੇ ਸਿੱਖੋ ਨਾ ਪਖੰਡਾਂ ਦੀ ਚੱਕ 'ਚ ਨਾ ਪਾਓ। ਅੰਨ ਮਨੁੱਖੀ ਲੋੜ ਹੈ, ਜਿਹੜਾ ਹੈ ਤਨ, ਇਹ ਅੰਨ ਤੋਂ ਬਿਨਾਂ ਨਹੀਂ ਜੇ ਚੱਲ ਸਕਦਾ। ਮੇਰੇ ਗੁਰਦੇਵ ਕਹਿਣ ਲੱਗੇ, ਬਹਾਦਰ ਸ਼ਾਹ ਅਸੀਂ ਗੁਰੂ ਨਾਨਕ ਦੀ ਗੱਦੀ ਉੱਪਰ ਪਹਿਰਾ ਦੇ ਰਹੇ ਹਾਂ, ਤੇ ਬਾਬੇ ਨਾਨਕ ਦਾ ਸਿਧਾਂਤ ਹੈ, ਜੋ ਪਾਨ ਕੀ ਪਾਈ ਪਾਏ ਤਿੰਨ ਕੀ ਕਾਲ ਅਜਾਈ ਜਾਏ। ਜਿਹੜੇ ਪੱਥਰਾਂ ਦੇ ਪੈਰੀ ਪੈਂਦੇ, ਉਹਨਾਂ ਦੀ ਕੀਤੀ ਹੋਈ ਮਿਹਨਤ ਇਵੇਂ ਗਈ। ਸਾਡੇ ਕੋਲ ਵੀ ਹੀਰਾ ਹੈ, ਤੇ ਕਿਹੜਾ? ਅੰਮ੍ਰਿਤ ਨਾਮ ਨਿਰਮੋਲ ਘੀਰਾ, ਗੁਰਦੀਨੋ ਮਨਤਾਨੀ। ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਹੀਰਾ, ਇਹ ਸਾਨੂੰ ਜੋ ਗੁਰੂ ਦਾ ਮੰਤਰ ਮਿਲਿਆ, ਇੱਕ ਬਕੀਮਤੀ ਹੀਰਾ ਹੈ। ਬਹਾਦਰ ਸ਼ਾਹ ਗੁਰੂ ਦੇ ਚਰਨੀ ਢਹਿ ਪਿਆ। ਰਾਗੀ ਸਿੰਘਾਂ ਦੇ ਬਹਿੰਦਿਆਂ ਬਹਿੰਦਿਆਂ ਤੱਕ ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰਾਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ, ਆਪ ਅੰਮ੍ਰਿਤ ਦੀ ਜਾਚਨਾ ਕੀਤੀ, ਤੇ ਦਇਆ ਸਿੰਘ ਨੇ ਆਖਿਆ, ਬਾਜਾਂ ਵਾਲਿਆ ਬਾਪੂ, ਅਸੀਂ ਇਹ ਅੰਮ੍ਰਿਤ ਸਿਰ ਦੇ ਕੇ ਲਿਆ, ਤੂੰ ਇਸ ਅੰਮ੍ਰਿਤ ਦੇ ਬਦਲੇ ਕੀ ਦੇਗਾ, ਧਿਆਨ ਦਿਓ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘਾ ਤੁਸੀਂ ਇੱਕ ਸਿਰ ਦਿੱਤਾ, ਇੱਕ, ਤੇ ਜਿਹੜੀ ਚੀਜ਼ ਕੀਮਤੀ ਹੋਵੇ ਨਾ ਉਹਦੀ ਪਹਿਲਾਂ ਬੁਕਿੰਗ ਹੁੰਦੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਸਾਈ ਦੇਣੀ। ਤੂੰ ਤਾਂ ਮੁੱਲ ਦੀ ਗੱਲ ਅੱਜ ਕੀਤੀ ਹੈ ਨਾ, 99 ਦੇ ਵਿੱਚ 1675 ਵੀਰਵਾਰ ਵਾਲੇ ਦਿਹਾੜੇ ਮਗਰ ਸੁਦੀ ਪੰਚਵੀਂ ਨੂੰ ਮੈਂ ਆਪਣੇ ਪਿਤਾ ਦਾ ਸਿਰ ਦੇ ਕੇ ਇਸ ਅੰਮ੍ਰਿਤ ਦੀ ਸਾਈ ਦਿੱਤੀ ਹੈ। ਸਾਈ ਆਪਾਂ ਕਈ ਵਾਰ ਰਿਮਾਈਂਡਰ ਦਿੰਦੇ ਹਾਂ ਵੀ ਚੇਤੇ ਰਹਿ। ਅੱਜ ਤੋਂ 11 ਸਾਲ ਪਹਿਲਾਂ ਮੈਂ ਤਿੰਨ ਭੂਆ ਦੇ ਪੁੱਤਰ ਭੰਗਾਣੀ ਦੇ ਜੰਗ ਵਿੱਚ ਕੁਰਬਾਨ ਕੀਤੇ, ਮੈਂ ਰਿਮਾਈਂਡਰ ਦਿੱਤਾ ਸੀ। ਤੂੰ ਗੱਲ ਛੇੜੀ ਹੈ ਮੁੱਲ ਦੀ, ਦਇਆ ਸਿੰਘਾ ਧਿਆਨ ਨਾਲ ਸੁਣ, ਬਾਪੂ ਦਾ ਸਿਰ ਬਿਆਨਾ, ਮਾਮੇ ਤੇ ਭੂਆ ਦੇ ਪੁੱਤਰਾਂ ਦਾ ਸਿਰ ਰਿਮਾਈਂਡਰ। ਤੇ ਬਹੁਤਾ ਲੰਮਾ ਸਮਾਂ ਨਹੀਂ, 1704 ਤੱਕ ਆ ਚਾਰੇ ਦੇ ਚਾਰੇ ਪੁੱਤਰ ਇਸ ਅੰਮ੍ਰਿਤ ਦੇ ਬਦਲੇ ਦੇ ਦਿਆਂਗਾ। ਅੰਮ੍ਰਿਤ ਬਕੀਮਤ ਹੈ, ਤੇ ਦਇਆ ਸਿੰਘਾ ਤੂੰ ਦੁੱਖ ਦੀ ਰਗ ਨੂੰ ਹੱਥ ਪਾਇਆ, ਮੈਂ ਆਪਣੀ ਮਾਂ ਵੀ ਕੁਰਬਾਨ ਕਰ ਦਿਆਂਗਾ, ਪਰ ਅਜੇ ਅੰਮ੍ਰਿਤ ਦੀ ਕੀਮਤ ਪੂਰੀ ਨਹੀਂ ਹੋਈ। ਜਦੋਂ ਗੋਲਖਾ ਮੇਰੀ ਖੱਬੀ ਬੱਖੀ ਤੇ ਵਾਰ ਕਰੇਗਾ, ਤੂੰ ਮੇਰੇ ਨਾਲ ਹੋਣਾ ਨਵੇੜ। ਜਦੋਂ ਮੇਰੀ ਬੱਖੀ ਦੇ ਵਿੱਚੋਂ ਖੂਨ ਦੀਆਂ ਬੂੰਦਾਂ ਡਿੱਗਣਗੀਆਂ ਨਾ, ਉਦੋਂ ਆਪਣੀ ਕੀਮਤ ਨੂੰ ਪੂਰਿਆਂ ਕਰ ਲਈ। ਇਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹੈ, ਮਹਾਨ ਵਿਦਵਾਨ। ਤੁਹਾਡੀ ਗਿਆਤ ਲਈ ਬੇਨਤੀ ਕਰਾਂ, ਸਾਨੂੰ ਤਾਂ ਜਾਪ ਸਭ ਔਖਾ ਲੱਗਦਾ ਨਾ, ਇਰਾਨ ਦੀ ਯੂਨੀਵਰਸਿਟੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਫਰਨਾਮੇ ਨੂੰ ਪੜ੍ਹਾਇਆ ਜਾਂਦਾ ਅੱਜ ਇਸ ਤਰੀਕ ਵਿੱਚ, ਔਰ ਇਰਾਨ ਦੇ ਲੋਕਾਂ ਨੇ ਮੰਨਿਆ
ਕਿ ਸਭ ਤੋਂ ਜੇ ਇੱਕ ਸ਼੍ਰੋਮਣੀ ਫਾਰਸੀ ਦੀ ਰਚਨਾ ਤੇ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਫਰਨਾਮਾ ਹੈ। ਵਿਦਵਾਨਾਂ ਵਿੱਚੋਂ ਸ਼੍ਰੋਮਣੀ ਵਿਦਵਾਨ, ਦਾਨੀਆਂ ਚੋਂ ਏਡਾ ਵੱਡਾ ਦਾਨੀ, ਪਿਤਾ ਦਾ ਸਿਰ ਦਾਨ, ਪੁੱਤਰਾਂ ਦਾ ਸਿਰ ਦਾਨ, ਪਰਿਵਾਰ ਦਾਨ, ਤੇ ਸਕਾਲਰ ਇੰਨਾ ਕਿ ਜਦੋਂ ਗੁਰਦੇਵ ਨੇ ਆਨੰਦਪੁਰ ਸਾਹਿਬ ਛੱਡਿਆ ਨਾ, ਤੇ ਸਾਡੇ ਇਤਿਹਾਸ ਦੇ ਮੁਤਾਬਕ ਨੌਮਣ ਪੱਕਾ ਵਿਦਿਆਧਰ ਗ੍ਰੰਥ ਉਸ ਦਰਿਆ ਦੀ ਭੇਟ ਹੋ ਗਿਆ, ਜਿਹਦੇ ਤੋਂ ਕੇਵਲ ਤੇ ਕੇਵਲ ਸਾਡੇ ਕੋਲ 64 ਪੇਜ ਪਹੁੰਚੇ, ਬਾਕੀ ਸਾਡੇ ਹੱਥੋਂ ਚਲੇਗਾ। ਵਿਦਵਾਨ ਦੁਨੀਆਂ ਤੋਂ ਸ਼੍ਰੋਮਣੀ, ਤਿਆਗੀ ਦੁਨੀਆਂ ਤੋਂ ਸ਼੍ਰੋਮਣੀ, ਸਾਡੇ ਬੜਕੇ ਚੋਂ 50 ਰੁਪਈਏ ਡਿੱਗ ਪੈਣ ਤੇ ਗੁਰਮੁਖ ਆਪਾਂ 10 ਵੇਰਾਂ ਗਿਣਦੇ ਹਾਂ। ਜਿਹਦੇ ਨਾਲ ਆਨੰਦਪੁਰ ਸਾਹਿਬ ਮੇਰੇ ਬਾਪੂ ਨੇ ਛੱਡਿਆ, 9 ਕਰੋੜ ਰੁਪਈਆ ਗੁਰਦੇਵ ਨੇ ਸਰਸਾ ਦਰਿਆ ਵਿੱਚ ਸਟਾਇਆ, ਮਾਂ ਇਹ ਮਿੱਟੀ ਦੇ ਤੁੱਲ ਹੈ, ਇਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰ ਸਕਦੇ ਨੇ। ਹਜ਼ੂਰ ਸਾਡੇ ਤੇ ਕਿਰਪਾ ਕਰਨ। ਅਸੀਂ ਜੇ ਕਲਗੀਧਰ ਪਾਤਸ਼ਾਹ ਨੂੰ ਚੇਤੇ ਕਰ ਰਹੇ ਹਾਂ ਤੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ, ਸਿੱਖੋ ਕਦੇ ਔਰੰਗਜ਼ੇਬ ਅੱਗੇ ਨਹੀਂ ਝੁਕੇ, ਕੇਵਲ ਤੇ ਕੇਵਲ 5 ਸਿੰਘਾਂ ਦੀਆਂ ਪ੍ਰਕਰਮਾ ਕਰਕੇ ਆਖਿਆ ਸੀ ਗੁਰੂ ਪੰਥ, ਗੁਰੂ ਪੰਥ। ਤੇ ਅੱਜ ਹਜ਼ੂਰ ਸਾਹਿਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ 3 ਪ੍ਰਕਰਮਾ ਕੀਤੀਆਂ, 5 ਪੈਸੇ ਤੇ ਨਾਰੀ ਰੱਖ ਕੇ ਆਖਿਆ ਸਿੱਖੋ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਉਂ ਮੰਨੀਏ ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਚੂਕੇ ਭੋਗ। ਆ ਬਾਬਿਆਂ ਦੀਆਂ ਬਰਸੀਆਂ 365 ਦਿਨ ਤੇ 385 ਬਾਬੇ ਮਰਦੇ ਨੇ, ਇਹਦਾ ਬਰਸੀਆਂ ਨਹੀਂ ਮੁੱਕਦੀਆਂ, ਕਦੇ ਬਾਬਾ ਕੋ ਵਰਕਿਆ ਕਦੇ ਬਰਸੀ ਕਦੇ ਉਹਦਾ ਕੋਈ ਸੌ ਸਿਆਪਾ। ਸਾਡਾ ਗੁਰੂ ਇਹੋ ਜਿਹਾ, ਨਾ ਇਹਦੀ ਦੁਸਹਿਰਾ ਨਾ ਇਹਦੀ ਬਰਸੀ। ਜੇ ਮਰਨ ਵਾਲਿਆਂ ਨੂੰ ਮੰਨਾਂਗੇ ਮਰਨਾ ਪਏਗਾ, ਅਮਰ ਨੂੰ ਮੰਨਾਂਗੇ ਤੇ ਅਮਰ ਹੋ ਜਾਵਾਂਗੇ। ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਰਾਗੀ ਸਿੰਘ ਆਏ ਨੇ ਜੀ, ਆਇਆਂ ਨੂੰ ਪੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੰਘ ਸਾਹਿਬ ਭਾਈ ਜਸਵੰਤ ਸਿੰਘ ਜੀ ਸਾਬਕ, ਇਹਨਾਂ ਇਸ ਸਮਾਗਮ ਨੂੰ ਬਹੁਤ ਬਹੁਤ ਹੀ ਚਾਰ ਚੰਨ ਲਾਉਣ ਦਾ ਯਤਨ ਕੀਤਾ। ਆਪਾਂ ਜਕਾਰਾ ਵਜਾਈਏ ਜੀ, ਬੋਲੇ ਸੋ ਰਿਹਾ ਸਤਿ ਸ੍ਰੀ ਅਕਾਲ। ਇੱਕ ਸਭ ਤੋਂ